ਹੈਲੋ, ਮੇਰਾ ਨਾਂ ਚੌਧਰੀ ਹਰਜਿੰਦਰ ਨਿੱਜਰ ਹੈ ਅਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ। ਜਿੰਨਾ ਚਿਰ ਤੁਸੀਂ ਆਪਣੇ ਪਿਓ ਦੇ ਨਹੀਂ ਬਣਦੇ, ਉਹਨਾਂ ਚਿਰ ਅਕਾਲ ਪੁਰਖ ਨਹੀਂ ਬਣ ਸਕਦੇ। ਬ੍ਰਹਮ ਕੇ ਬੇਟੇ ਸ਼ਬਦ ਪਛਾਤਾ, ਸਾਰਿਆਂ ਦੀਆਂ ਉੱਥੇ ਜਾਤਾਂ ਦੱਸੀਆਂ, ਜੁਲਾਹਾ ਕਬੀਰ ਜੁਲਾਹਾ ਜੀ ਅਤੇ ਰਵਿਦਾਸ ਚਮਾਰ, ਸਾਰਿਆਂ ਦੀਆਂ ਦੱਸੀਆਂ ਨੇ। ਅਤੇ ਇਸ ਕਰਕੇ ਜਿਹੜੇ ਜਾਤ ਛਪਾਉਂਦੇ ਨੇ ਉਹ ਇਸ ਚੀਜ਼ ਮਜ਼ਮੂਨ ਨੂੰ ਨਹੀਂ ਸਮਝ ਸਕਦੇ। ਜੇ ਪਿਓ ਦਾ ਨਹੀਂ ਪਤਾ ਤਾਂ ਅਕਾਲ ਪੁਰਖ ਦਾ ਕਿਵੇਂ ਲੱਗੂ ਪਤਾ? ਸਿੱਧੀ ਜਟਕੀ ਗੱਲ, ਇਹ ਗੁਰ ਹੈਗਾ। ਫਿਰਤ ਬੇਟੇ ਜਨ ਸਾਧੂ, ਮੈਂ ਜਿਹਨੂੰ ਤਾਂਘ ਹੋਵੇ ਨਾ ਨਾਮ ਦੀ, ਉਹ ਢੂੰਡਦਾ ਫਿਰਦਾ ਹੈਗਾ। ਜੇ ਤਾਂਘ ਹੀ ਹੈ ਨਹੀਂ ਤਾਂ ਉਹ ਨਾਮ ਤੁਹਾਡੇ ਕੋਲ ਨਹੀਂ ਆਉਣਾ ਇੱਦਾਂ। ਸੋ ਉਹ ਤੰਗ ਕਰਕੇ ਵੀ ਮੈਂ ਪਾਉਣਾ ਹੈਗਾ ਨਾਮ, ਉਹ ਫਿਰਤ ਬੇਟੇ ਜਨ ਸਾਧੂ, ਸਾਧੂ ਦੀ ਸੰਗਤ ਮਿਲੀ, ਪੂਰੇ ਗੁਰ ਸਮਝਾਇਆ। ਜਿਹੜਾ ਪੂਰਾ ਗੁਰੂ ਹੈਗਾ ਉਹ ਹੈਗਾ ਸਤਿਗੁਰੂ, ਅਤੇ ਸਤਿਗੁਰੂ ਅੰਦਰ ਹੈਗਾ, ਅਤੇ ਸਾਧੂ ਕੋਲ ਸਤਿਗੁਰੂ ਹੁੰਦਾ ਹੈਗਾ। ਸਤਿਗੁਰੂ ਦੀਆਂ ਗੱਲਾਂ ਸਤਿਗੁਰੂ ਹੀ ਜਾਣੇ ਤੋ ਇੱਕ ਦੂਜੇ ਨਾਲ ਗੱਲ ਕਰ ਸਕਦੇ ਨੇ। ਤੇ ਸਤ ਇਹ ਹੈਗਾ ਹਰਿਮੰਦਰ, ਹਰਿਮੰਦਰ ਦੇ ਅੰਦਰ ਬੈਠਾ ਉਹ ਸਤਿਗੁਰੂ ਹੈਗਾ। ਆਨ ਸਗਲ ਬਿਦ ਖਾਮ ਨਾ ਆਵੇ, ਸਾਰੀਆਂ ਬਾਕੀ ਦੀਆਂ ਹੋਰ ਜਿਹੜੀਆਂ ਹੈਗੀਆਂ ਨਾ ਵਿਧਾ, ਜਾਂ ਉਹਨੇ ਬਈ ਆਹ ਤਰੀਕਾ ਆਹ ਤਰੀਕੇ ਨਾਲ ਪਾਲੀ ਦਾ ਨਾਮ, ਉਹ ਨਹੀਂ ਕੰਮ ਆਉਂਦੇ। ਹਰ ਹਰ ਨਾਮ ਦਿਆਇਆ, ਮੈਂ ਅਕਾਲ ਪੁਰਖ ਦਾ ਨਾਮ ਧਿਆਇਆ, ਮੈਂ ਕਰ ਹਟਿਆ ਬਥੇਰੇ ਵੀ ਭੇਸ ਬਦਲ ਲਵਾਂ ਜਾਂ ਆਹ ਕਰ ਲਵਾਂ, ਉਹ ਵੀ ਨਹੀਂ ਕੰਮ ਆਉਂਦੇ। ਤਾਂ ਤੇ ਮੋਹੇ ਦਾਰੀ ਓਟ ਗੋਪਾਲ, ਤਾਂ ਫਿਰ ਉਸ ਤੋਂ ਫਿਰ ਮੈਂ ਅਕਾਲ ਪੁਰਖ ਦੀ ਗੋਪਾਲ ਦੀ ਓਟ ਸ਼ਰਨ ਲਈ। ਸ਼ਰਨ ਪੜਜੋ ਪੂਰਨ ਪਰਮੇਸ਼ਰ, ਮੈਂ ਪੂਰੇ ਪਰਮੇਸ਼ਵਰ ਦੀ ਸ਼ਰਨ ਪਿਆ, ਮੈਂ ਕਿਸੇ ਦੇ ਸਾਧੂ ਦੀ ਸ਼ਰਨ, ਸਾਧੂ ਦੇ ਨਹੀਂ ਸ਼ਰਨ ਪਿਆ, ਯਾਨੀ ਸਾਧੂ ਨੇ ਨਹੀਂ ਮੈਂ ਗੁਰੂ ਮਨਾ ਲਿਆ ਵੀ ਉਹ ਹੀ ਹੈਗਾ, ਮੈਂ ਜੋ ਦੱਸੂਗਾ ਅਤੇ ਮੈਂ ਕਰੂੰਗਾ, ਜੋ ਮੇਰਾ ਸਤਿਗੁਰੂ ਕਹੇਗਾ ਉਹੀ ਕਰਾਂਗਾ। ਪਰ ਮੈਂ ਆਪਣਾ ਜਿਹੜਾ ਗੁਰੂ ਬਣਾਇਆ, ਆਪਣਾ ਜਿਹੜਾ ਮੇਰਾ ਹੈਗਾ ਉਹ ਪਾਰ ਪਰਮੇਸ਼ਵਰ ਹੈਗਾ। ਬਿਨਸੇ ਸਗਲ ਜੰਜਾਲ, ਆ ਜਿਹੜੇ ਸਾਰੇ ਜੰਜਾਲ ਹੈਗੇ ਨਾ ਦੁਨੀਆਦਾਰੀ ਦੇ, ਵੀ ਖਾਣ ਪੀਣ ਦਾ, ਕੱਪੜੇ ਪਹਿਨਣ ਦਾ, ਵੀ ਚੰਗੀ ਕਾਰ ਹੋਵੇ, ਆਹ ਹੋਵੇ, ਇਹ ਸਭ ਬਿਨਸ ਜਾਂਦੇ ਨੇ, ਦੌੜ ਜਾਂਦੇ ਨੇ। ਰਹਾਓ ਸੁਰਗ ਮਿਰਤ ਪਿਆਲ ਬਹੁ ਮੰਡਲ, ਜਿਹੜਾ ਹੈ ਨਾ ਸੁਰਗ ਮਿਰਤ, ਯਾਨੀ ਕਿ ਕਹਿੰਦੇ ਸੁਰਗਾਂ ਦਾ, ਜੇ ਸੁਰਗਾਂ 'ਚ ਰਹਿੰਦਾ ਮੈਂ ਵੀ ਬੜਾ ਮਜ਼ੇ ਨਾਲ ਰਹਿੰਦਾ। ਸੁਰਗ ਮਿਰਤ ਹੈਗਾ ਜਿਹੜਾ ਇਹਨੂੰ ਹੈਲ, ਜਿੱਥੇ ਕਿ ਲੋਕ ਮਰਦੇ ਨੇ, ਆਪਸ ਵਿੱਚ ਲੜ ਕੇ ਮਰਦੇ ਨੇ, ਅਤੇ ਉਹਨਾਂ ਨੂੰ ਪੁੱਛੇ ਕੀ ਹੈਗਾ ਵੀ ਸੁਰਗ ਨਰਕ ਕਿੱਥੇ ਹੈਗਾ, ਸੁਰਗ ਨਰਕ ਇੱਥੇ ਹੀ ਹੈਗਾ,
ਕਹਿੰਦੇ ਸੁਰਗ ਜਾਂ ਨਰਕ ਜਾਂ ਪਚਾਲ ਥੱਲੇ ਪਾਣੀ ਦੇ ਥੱਲੇ ਪਿਆਲ, ਇਹਨੇ ਜੇ ਦੱਸਿਆ ਹੈਗਾ ਪਿਆਲ ਦੱਸਿਆ ਹੈਗਾ ਪਤਾਲ। ਸੁਰਗ ਮਿਰਤ ਪਿਆਲ ਬਹੁ ਬਹੁ ਮੰਡਲ ਸਗਲ ਵਿਆਪੇ ਮਾਏ। ਬਹੁ ਮੰਡਲ ਜਿਹੜਾ ਹੈਗਾ ਦੁਨੀਆ ਸਾਰੀ ਧਰਤੀਆਂ, ਸਗਲ ਵਿਆਪੇ ਉਹ ਮੈਂ ਉਹ ਛੱਡ ਦਿੱਤੇ। ਮੋਹ ਮਾਏ ਜਿਹੜਾ ਇੱਥੇ ਹੈਗਾ ਇਹ ਮਾਂ ਹੋਣਾ ਚਾਹੀਦਾ ਇੱਥੇ, ਮਾਏ ਮਾਇਆ ਨਹੀਂ। ਵਿਆਪੇ ਮਾਏ ਮੈਂ ਮਾਂ ਸਾਰੇ ਵਿਆਪ ਦਿੱਤੇ, ਕਿਉਂ ਜਿਹੜੀ ਹੈਗੀ ਨਾ ਆਪਣੇ ਗੋਡ ਹੈਗਾ, ਗੋਡ ਵਿੱਚ ਹੈਗਾ ਅਤੇ ਉਹਦੀ ਉਹ ਹੈਗਾ ਫਾਦਰ, ਅਤੇ ਜਿਹੜੀ ਹੋਲੀ ਸਪਿਰਿਟ ਹੈਗੀ ਉਹ ਹੈਗੀ ਮਾਂ। ਉਸ ਹੋਲੀ ਸਪਿਰਿਟ ਨੇ ਮੱਤ ਦੇਣੀ ਤੁਹਾਨੂੰ, ਉਹਦੇ ਤੋਂ ਮੱਤ ਮਿਲਣੀ ਹੈਗੀ ਅਤੇ ਤਦ ਉਹ ਤੁਹਾਨੂੰ ਪੁੱਤਰ ਬਣਾਊਗੀ ਆਪਣਾ। ਸੁਰਗ ਮਿਰਤ ਪਿਆਲ ਬਹੁ ਮੰਡਲ ਸਗਲ ਪਿਆਪੇ ਮਾਏ, ਜੀਆ ਉਦਾਰਨ ਸਭ ਕੁਲ ਤਾਰਨ ਹਰ ਹਰ ਨਾਮ ਜਾਏ। ਜੀਆ ਉਦਾਹਰਨ ਆਪਣੇ ਜੀਆ ਜਾਨ ਦਾ ਜਾਂ ਹੋਰਾਂ ਦਾ ਉਧਾਰ ਕਰਨ ਲਈ, ਸਭ ਕੁਲ ਤਾਰਨ ਨਾਮ ਦਿਆਏ। ਇੱਥੇ ਕੁੱਲ ਜਿਹੜਾ ਹੈਗਾ ਇਹ ਨਹੀਂ ਹੈਗਾ ਵੀ ਜਿਹੜੇ ਆਪਣੇ ਤੁਹਾਡੇ ਰਿਸ਼ਤੇਦਾਰ ਹੈਗੇ ਜਾਂ ਹੋਰ ਹੈਗੇ ਨੇ ਕਿ ਉਹਨਾਂ ਨੇ ਤਾਂ ਆਪਣੇ ਹਿਸਾਬ ਨਾਲ ਜਾਣਾ, ਉਹਨਾਂ ਦੀ ਰੂਹ ਜਿਹੜੀ ਹੈਗੀ ਉਹ ਜਿੱਦਾਂ ਉਹਨੂੰ ਮਿਲਦਾ ਹੈਗਾ ਕਾਲ ਪੁਰਖ ਉੱਦਾਂ ਉਹਨਾਂ ਨੇ ਚੱਲਣਾ ਹੈਗਾ, ਅਤੇ ਕੋਈ ਵੀ ਨਹੀਂ ਆਖੇ ਲੱਗਦਾ। ਇਸ ਕਰਕੇ ਇਹ ਤੁਸੀਂ ਜਿਹੜਾ ਉਦਾਹਰਨ ਹੈਗਾ ਤੁਹਾਡਾ ਹੀ ਹੋਣਾ, ਸਭ ਕੁੱਲ ਤਾਰਨ ਆਏ ਸਭ ਕੁਝ ਤਾਰਨ ਹਰ ਹਰ ਨਾਮ ਦਿਆਏ। ਨਾਨਕ ਨਾਮ ਨਿਰੰਜਨ ਗਾਏ ਗਏ, ਨਾਨਕ ਜਿਹੜੇ ਨਿਰੰਜਨ ਜਿਹੜਾ ਮਾਇਆ ਤੋਂ ਰਹਿਤ ਗਾਈਏ ਪਾਈਏ ਸਰਬ ਨਿਦਾਨ, ਫਿਰ ਸਾਰੇ ਖਜ਼ਾਨੇ ਮਿਲਦੇ ਨੇ। ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾਹੂ ਜਾਣਾ, ਜੇ ਉਹ ਅਕਾਲ ਪੁਰਖ ਜੀ ਨੂੰ ਕਿਰਪਾ ਕਰੇ ਉਹਨੂੰ ਫਿਰ ਸਤਿਗੁਰੂ ਦਿੰਦਾ। ਸਤਿਗੁਰੂ ਨੂੰ ਕਹੀਦਾ ਕ੍ਰਾਈਸਟ, ਸੋ ਨੋ ਕ੍ਰਾਈਸਟ ਇਨ ਯੋਰ ਹਾਰਟ ਨੋ ਗੋਸਪਲ। ਜੇ ਸਤਿਗੁਰੂ ਅਕਾਲ ਪੁਰਖ ਦੀ ਮਿਹਰ ਹੋਵੇ ਤਾਂ ਤੁਹਾਡੇ ਅੰਦਰ ਸਤਿਗੁਰੂ ਦੀ ਕਿਰਪਾ ਹੁੰਦੀ ਹੈਗੀ ਅਤੇ ਉਹਦੇ ਨਾਲ ਫਿਰ ਜਿਹੜੇ ਨਾ ਇਹ ਸਾਰੇ ਮਿਲਦੇ ਨੇ ਨਿਦਾਨ। ਅਤੇ ਇਹ ਜਿਹੜਾ ਸਤਿਗੁਰੂ ਹੁੰਦਾ ਕੋਈ ਬਿਰਲਾ ਹੀ ਪਾਉਂਦਾ ਹੈਗਾ, ਕਿਉਂ ਇਹਦਾ ਜਿਹੜਾ ਹੈਗਾ ਨਾ ਨਾ ਤਾਂ ਹੈਗਾ ਹਰਿਮੰਦਰ, ਜਿਹੜਾ ਹਰਿਮੰਦਰ ਵਿੱਚ ਬੈਠਾ ਉਹ ਹੈਗਾ ਸਤਿਗੁਰੂ। ਹੁਣ ਸਤਿਗੁਰੂ ਹੈਗਾ ਅਕਾਲ ਪੁਰਖ ਦਾ ਪੁੱਤਰ, ਉਹਨੇ ਉਹੀ ਕੰਮ ਕਰਨੇ ਜਿਹੜੇ ਅਕਾਲ ਪੁਰਖ ਕਰਦਾ। ਹੁਣ ਇਹ ਦੱਸੋ ਵੀ ਪੰਜਾਬ ਵਿੱਚ ਤੁਸੀਂ ਲੈ ਲਓ ਉਹਦੇ 'ਚ ਕਿੰਨੇ ਕੁ ਲੋਕ ਹੈਗੇ ਨੇ ਜਿਹੜੇ ਬੇਈਮਾਨੀ ਨਹੀਂ ਕਰਦੇ ਜਾਂ ਝੂਠ ਨਹੀਂ ਬੋਲਦੇ,
ਕਚਹਿਰੀਆਂ ਝੂਠਾਂ ਨਾਲ ਭਰੀਆਂ ਪਈਆਂ ਨੇ। ਜਿਹਦਾ ਸ਼ੈਤਾਨ ਦਾ ਜਿਹੜਾ ਹੈਗਾ ਨਾ ਉਹ ਹੈਗਾ, ਜੇ ਅੰਦਾਜ਼ਾ ਲਾਉਣਾ ਹੋਵੇ ਨਾ ਤਾਂ ਕੋਰਟ ਕੇਸਿਸ ਮੁਲਕ ਦੇ ਦੇਖ ਲਓ ਕਿੰਨੇ ਹੈਗੇ ਨੇ ਪਰ ਹੈੱਡ, ਉੱਥੋਂ ਪਤਾ ਲੱਗ ਜਾਏਗਾ ਵੀ ਇੱਥੇ ਕਿੰਨੇ ਸ਼ੈਤਾਨ ਹੈਗੇ ਨੇ। ਹੁਣ ਜਿਹੜਾ ਹੈਗਾ ਨਾ ਅੰਮ੍ਰਿਤਸਰੀਏ ਅੰਦਰ ਸੜੀਏ, ਪਹਿਲਾਂ ਤਾਂ ਸੀਗਾ ਬਨਾਰਸ ਦੇ ਠੱਗ ਮਸ਼ਹੂਰ, ਅਤੇ ਇਹ ਹੈਗਾ ਸਤਿਗੁਰੂ ਹਰਿਮੰਦਰ ਜਿਹੜਾ ਹੈਗਾ ਇਹ ਹੈਗਾ ਸਾਰਿਆਂ ਨਾਲ ਉੱਚਾ ਮੰਦਰਾਂ ਨਾਲੋਂ ਹਰ ਮੰਦਰ। ਅਤੇ ਇੱਥੇ ਜਿਹੜੇ ਸੀਗੇ ਗ੍ਰੰਥੀ ਆਏ ਜਾਂ ਉਹ ਹੁਣ ਪ੍ਰਿਥੀ ਚੰਦ ਵਗੈਰਾ ਕਿੱਦਾਂ ਉਹਨਾਂ ਨੇ ਲਾਲਚ ਕੀਤਾ ਅਤੇ ਉੱਪਰ ਸੋਨਾ ਲਾ ਕੇ ਤਾਂ ਲੋਕਾਂ ਨੂੰ ਇੱਧਰ ਆਓ ਜੀ ਇੱਧਰ ਆਓ ਸਾਡਾ ਸੋਨੇ ਅਤੇ ਅਕਾਲ ਪੁਰਖ ਦਾ ਕੀ ਮੇਲ, ਇਹ ਲੁੱਟਣ ਨਹੀਂ ਹੈਗਾ ਸਾਰਾ। ਅਤੇ ਇਹ ਇਹ ਜਿਹੜਾ ਹੈਗਾ ਅੰਮ੍ਰਿਤਸਰ ਅੰਦਰ ਸੜੀਏ ਜਿਹੜੇ ਹੈਗਾ ਹਰਿਮੰਦਰ, ਇੱਥੇ ਨਾ ਲੁਟੇਰੇ ਬੈਠੇ ਨੇ ਅਤੇ ਜਿਹੜੇ ਅਕਾਲ ਤਖ਼ਤ 'ਤੇ ਬੈਠੇ ਨੇ ਉਹਦਾ ਹੈਗੇ ਬਾਂਦਰ, ਉਹਨਾਂ ਨੂੰ ਬਨਾਰ ਦੀਆਂ ਟੋਪੀਆਂ ਪਾ ਕੇ ਬੈਠੇ ਨੇ। ਉਹਨਾਂ ਨੂੰ ਪੁੱਛਿਆ ਉਹਦਾ ਨਿਰਮਲੇ ਸੰਤਾਂ ਦਾ ਹੈਗਾ ਤਖ਼ਤ ਅਤੇ ਤੁਸੀਂ ਨਿਰਮਲੇ ਸੰਤ ਹੈਗੇ ਆ, ਨਿਰਮਲੇ ਸੰਤ ਕਿਸੇ ਤੋਂ ਪੈਸਾ ਨਹੀਂ ਲੈਂਦੇ। ਉਹ ਪ੍ਰੋਫੈਸਰ ਦਰਸ਼ਨ ਸਿੰਘ ਸੀਗਾ ਉਹ ਕਿੰਨੇ ਮੰਗਦਾ ਹੁੰਦਾ ਸੀ ਕੀਰਤਨ ਕਰਨ ਦੇ, ਯਾਨੀ ਕਿ ਸੋਝੀ ਨਹੀਂ ਲੋਕਾਂ ਨੂੰ ਹੈਗੀ ਇੱਕ ਦੂਜੇ ਦਾ ਦੇਖ ਕੇ। ਉਹ ਵੀ ਜਿਹੜੇ ਹੈਗੇ ਨੇ ਉਹ ਵੀ ਦੇਖਦੇ ਵੀ ਇਹ ਤਾਂ ਬੁੱਧੂ ਹੀ ਹੈਗੇ ਨੇ ਕਿ ਉਹਨਾਂ ਲੁੱਟੋ ਇਹਨਾਂ ਨੂੰ, ਅਤੇ ਇਸ ਕਰਕੇ ਜੋ ਬੁੱਧੂ ਦੇ ਮਗਰ ਲੱਗੋਗੇ ਤਾਂ ਆਪਣੀ ਜਿਹੜੀ ਇੱਜ਼ਤ ਗੁਆਓਗੇ, ਜਿੱਦਾਂ 1984 'ਚ ਹੋਇਆ ਸੀ ਅਤੇ ਹੋਰ ਵੀ ਕਈ ਇੱਦਾਂ ਹੋਣੇ ਨੇ। ਜਦੋਂ ਇੱਥੇ ਮਜ਼ਹਬੀ ਝਗੜੇ ਹੋਏ ਤਾਂ ਬਹੁਤ ਤਬਾਹਕੁਨ ਹੋਣਗੇ। ਅਤੇ ਅੱਗੇ ਤੁਹਾਡੀ ਮਰਜ਼ੀ, ਜਿੱਥੇ ਜਾਏ ਬੇਰਾ ਮੇਰਾ ਸਤਿਗੁਰੂ ਉਹ ਥਾਂ ਸੁਹਾਵਾ ਰਾਮ ਰਾਜੇ। ਜਿਹੜਾ ਮੇਰਾ ਸਤਿਗੁਰੂ ਜਿੱਥੇ ਜਾ ਬਹਿੰਦਾ ਨਾ, ਜਿੱਥੇ ਮੈਂ ਜਾ ਬਹਿੰਦਾ ਉਹਨਾਂ ਨੂੰ ਫਿਰ ਮੈਂ ਦੱਸਦਾ ਵੀ ਆਹ ਬਾਈਬਲ ਦੇ ਪੈਰਾਬਲ ਦੀ ਆਸ ਹੈਗੀ ਸਮਝ, ਅਤੇ ਉਹ ਫਿਰ ਹੈਰਾਨ ਹੁੰਦੇ ਦੇਖਦੇ ਵੀ ਕਹਿੰਦੇ ਯੂ ਨੋ ਬੈਟਰ ਦੈਨ ਅਸ। ਅਤੇ ਇੱਦਾਂ ਹੈਗਾ ਐਪਰੀਸ਼ੀਏਸ਼ਨ ਕਰਦੇ ਨੇ ਅਤੇ ਤੁਹਾਡੀ ਵੀ ਇੱਜ਼ਤ ਕਰਨਗੇ। ਅਤੇ ਪਰ ਜੇ ਤੁਸੀਂ ਵਾਲ ਅਤੇ ਦਾੜੀ ਅਤੇ ਪਗੜੀ ਰੱਖ ਕੇ ਕਿਹਾ ਮੈਂ ਸਿੱਖ ਹੈਗਾ, ਸਿੱਖ ਨਜ਼ਰ ਨਹੀਂ ਆਉਂਦਾ, ਸਿੱਖ ਪੇਖੀ ਦਾ ਹੈਗਾ, ਦੇਖੀ ਦਾ ਨਹੀਂ ਹੈਗਾ ਪੇਖੀ ਦਾ। ਜਿਹਨੂੰ ਪੇਖਣ ਦੀ ਹੈਗੀ ਸੁਰਤ, ਜਿਹਦਾ ਮਨ ਜਾਗਿਆ ਉਹ ਤੁਹਾਨੂੰ ਜਾਣ ਜੂਗਾ ਵੀ ਇਹ ਤਾਂ ਕੁਛ ਨਹੀਂ ਹੈਗਾ, ਕੁੜਿਆਰ ਹੈਗਾ ਇਹ। ਕਈ ਬੜੇ ਸੋਹਣੇ ਆਪਣੇ ਕਰਦੇ ਨੇ ਤਕਰੀਰਾਂ ਆਪਣੇ, ਅਤੇ ਉਹਨਾਂ ਦਾ ਹੁੰਦਾ ਸਾਰਾ ਕੂੜ ਵਿੱਚ, ਅਤੇ ਜਦੋਂ ਉਹਨਾਂ ਕਹੇ ਤਾਂ ਵੀ ਕੂੜ ਬੋਲਦਾ ਹੈਗਾ ਤਾਂ ਅਗਲੇ ਕਹਿੰਦੇ ਉਹ ਇੰਨਾ ਮਸ਼ਹੂਰ ਹੈਗਾ ਫਲਾਨਾ ਹੈਗਾ ਅਤੇ ਇੰਨੀ ਇੰਨੇ ਵਿਅਕਤ ਕੀਤੀ ਹੈਗੀ, ਅਤੇ ਅੱਗੇ ਤੁਹਾਨੂੰ ਪੈਂਦੇ ਨੇ। ਇਸ ਕਰਕੇ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹੈਗੀ, ਅਤੇ ਜਿਹਨੇ ਜਿਹਨੂੰ ਨਾਮ ਮਿਲਣਾ ਉਹ ਅਕਾਲ ਪੁਰਖ ਤੋਂ ਮਿਲਣਾ, ਮੇਰੇ ਤੋਂ ਨਹੀਂ ਮਿਲਣਾ।